ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਜਗਤ ਗੁਰੂ ਧੰ 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 ਸੇਵ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਤੋਂ ਉਚਾਰਨ ਪਾਵਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਅੱਜ 14ਵੀਂ ਪੌੜੀ ਤੋਂ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਫਤਿਹ ਬਲਾਉ ਜੀ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਤ ਨੂੰ ਇੱਕ ਸਚਾਰ ਹੋਣ ਦਾ ਏਮ ਦਿੱਤਾ ਹੈ ਜੇ ਪੂਰਾ ਵਿਸ਼ਵ ਸਚਾਰ ਹੋ ਜਾਏ ਰੱਬੀ ਹੁਕਮਤ ਮੁਤਾਬਕ ਜ਼ਿੰਦਗੀ ਜੀਉਣ ਲੱਗ ਜਾਏ ਤੇ ਪੂਰੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਤੇ ਆਨੰਦ ਫੈਲ ਜਾਏਗਾ ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਜਪਜੀਤ ਸਾਹਿਬ ਦੀ ਜੇ ਅਸੀਂ ਆਪਣੇ ਘਰਾਂ 'ਚ ਲਾਗੂ ਕਰ ਲਈਏ ਸਾਡੇ ਘਰਾਂ ਵਿੱਚੋਂ ਦੁੱਖ ਕਲੇਸ਼ ਪਾਪ ਮੁੱਕ ਜਾਣਗੇ ਸੁੱਖ ਸ਼ਾਂਤੀ ਆਨੰਦ ਪ੍ਰਗਟ ਹੋ ਜਾਏਗਾ ਜੇ ਇਹੀ ਗੁਰੂ ਨਾਨਕ ਸਾਹਿਬ ਜੀ ਦੀ ਜਪਜੀਤ ਦੀ ਬਾਣੀ ਪੂਰੀ ਦੁਨੀਆ ਵਿੱਚ ਲਾਗੂ ਕਰ ਦਿੱਤੀ ਜਾਏ ਹਰ ਕਾਲਾ ਗੋਰਾ ਧਰਮੀ ਅਧਰਮੀ ਹਰ ਆਸਤਿਕ ਨਾਸਤਿਕ ਹਰ ਤਰ੍ਹਾਂ ਦਾ ਮਨੁੱਖ ਜੇ ਸਿਰਫ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਹੁਕਮਤ ਤੇ ਚੱਲਣ ਲੱਗ ਜਾਏ ਉਹਦੀ ਜ਼ਿੰਦਗੀ ਵਿੱਚ ਵੀ ਭਗਤਾਂ ਵਾਲਾ ਵਿਕਾਸ ਖੇੜਾ ਖੁਸ਼ੀ ਤੇ ਆਨੰਦ ਪੈਦਾ ਹੋ ਜਾਏਗਾ ਤੇ ਬਾਣੀ ਸਮੁੱਚੇ ਵਿਸ਼ਵ ਨੂੰ ਅਨੰਤ ਦੇਣ ਦੀ ਸਮਰੱਥਾ ਰੱਖਦੀ ਹੈ ਜਿਹਨੂੰ ਅਸੀਂ ਆਪਣੇ ਅਜੇ ਬੱਚਿਆਂ ਤੱਕ ਨਹੀਂ ਪਹੁੰਚਾਇਆ ਦੁਨੀਆ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਇਹ ਦੁਨੀਆ ਦੇ ਆਖਰੀ ਇਨਸਾਨ ਤੱਕ ਗੁਰੂ ਦਾ ਇਹ ਗਿਆਨ ਪਹੁੰਚ ਜਾਣਾ ਚਾਹੀਦਾ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਦੀ ਜ਼ਿੰਦਗੀ 'ਚ ਕੀ ਤਬਦੀਲੀ ਆਉਂਦੀ ਹੈ ਅੱਜ ਸਤਿਗੁਰੂ ਗੁਰਨਾਨਕ ਸਾਹਿਬ ਸਾਡੇ ਜੀਵਾਂ ਤੇ ਮਿਹਰਮਤ ਕਰ ਰਹੇ ਹਨ ਮੰਨੈ ਮਾਰਗ ਠਾਕ ਨਾ ਪਾਏ ਮੰਨੇ ਮੈਨੇ ਮੰਨਣ ਨਾਲ ਜੇ ਕੋਈ ਗੁਰੂ ਦੀ ਸਿੱਖਿਆ ਨੂੰ ਮੰਨ ਲਏ ਮਾਰਗ ਮਾਰਗ ਮੈਨੇ ਰਸਤੇ ਉੱਤੇ ਠਾਕ ਮੈਨੇ ਰੁਕਾਵਟ ਨਾ ਪਾਏ ਨਹੀਂ ਪਹੁੰਦਾ ਉਹਦੇ ਰਸਤੇ 'ਚ ਰੁਕਾਵਟ ਕੋਈ ਨਹੀਂ ਆਉਂਦੀ ਕਮਜ਼ੋਰ ਲੋਕ ਵਪਾਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਸਾਹਮਣੇ ਜਦੋਂ ਬਿਜ਼ਨਸ ਵਿੱਚ ਰੁਕਾਵਟਾਂ ਆਉਂਦੀਆਂ ਨੇ ਉਹ ਪਾਰ ਨਹੀਂ ਕਰ ਸਕਦੇ ਤਕੜੇ ਦਿਲ ਵਾਲੇ ਵਪਾਰ ਕਰ ਸਕਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਰੁਕਾਵਟਾਂ ਆਉਂਦੀਆਂ ਨੇ ਰੁਕਾਵਟਾਂ ਟੱਪ ਕੇ ਅੱਗੇ ਵੱਧ ਜਾਂਦੇ ਨੇ ਫਿਰ ਉਹ ਵਪਾਰ ਕਰਦੇ ਨੇ ਜਿਨ੍ਹਾਂ ਦੇ ਘਰਾਂ 'ਚ ਕਲੇਸ਼ ਹੈ ਦੁੱਖਾਂ ਕਲੇਸ਼ਾਂ ਦੀਆਂ ਰੁਕਾਵਟਾਂ ਨੂੰ ਜਿਹੜੇ ਨਹੀਂ ਤੋੜ ਸਕਦੇ ਜਿਹੜੇ ਹੰਕਾਰ ਦੇ ਕਾਰਨ ਕਲੇਸ਼ ਨੇ ਹੰਕਾਰ ਦੀ ਦੀਵਾਰ ਨੂੰ ਨਹੀਂ ਤੋੜ ਸਕਦੇ ਰੁਕਾਵਟ ਨੂੰ ਨਹੀਂ ਪਾਰ ਕਰ ਸਕਦੇ ਉਹ ਕਰ ਦੁਖੀ ਰਹਿੰਦੇ ਨੇ ਉਹ ਪਰਿਵਾਰ ਕਲੇਸ਼ ਵਿੱਚ ਰਹਿੰਦੇ ਨੇ ਪਰ ਜਿਹੜੇ ਹੰਕਾਰ ਦੀ ਇਸ ਰੁਕਾਵਟ ਨੂੰ ਪਾਰ ਕਰਕੇ ਨਿਮਰਤਾ ਦੇ ਵਿੱਚ ਆ ਜਾਂਦੇ ਨੇ ਉਹਨਾਂ ਘਰਾਂ ਦੇ ਵਿੱਚ ਸੁਖ ਆਨੰਦ ਬਣਿਆ ਰਹਿੰਦਾ ਹੈ ਧਰਮ ਦੀ ਦੁਨੀਆ ਵਿੱਚ ਵੀ ਵਿਕਾਰ ਰੁਕਾਵਟ ਨੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ ਕੋਈ ਹੁਕਮ ਨੂੰ ਪੁੱਝਲੇ ਹਉਮੈ ਨਹੀਂ ਰਹੇਗੀ ਨਾਨਕ ਹੁਕਮ ਹੈ ਜੇ ਪੁੱਝਿਆ ਤਾਂ ਹਉਮੈ ਕਹੇ ਨਾ ਕੋਈ ਪਰ ਹਉਮੈ ਰੁਕਾਵਟ ਹੈ ਔਰ ਇਸ ਹਉਮੈ ਨੇ ਵੱਖ ਕੀਤਾ ਹੋਇਆ ਪ੍ਰਭੂ ਨੂੰ ਤੇ ਜੀਵ ਨੂੰ ਜੀਵ ਸੋਚਦਾ ਮੈਂ ਵੱਖਰਾ ਵਾਂ ਰੱਬ ਵੱਖਰੇ ਪਹਾੜ ਦੀ ਚੋਟੀ ਦੇ ਉੱਪਰ برف ਜੰਮੀ ਹੋਈ ਸੀ। ਉਸ ਪਹਾੜ ਦੇ ਪੈਰਾਂ ਵਿੱਚ ਸਮੁੰਦਰ ਔਰ ਦੂਰ ਤੱਕ ਫੈਲਿਆ ਹੋਇਆ। ਜਿਹੜੀ ਪਹਾੜ ਦੀ ਚੋਟੀ ਉੱਪਰ ਜੰਮੀ برف ਉਹਨੇ ਸਾਗਰ ਦੇ ਪਾਣੀ ਨੂੰ ਦੇਖਿਆ ਮਨ ਵਿੱਚ ਮੁਸਕਰਾਈ। ਇਸ ਸਾਗਰ ਦਾ ਪਾਣੀ ਜਿਸ ਸੰਗਾਸਨ ਤੇ ਪਹਾੜ ਦੇ ਉੱਪਰ ਮੈਂ ਸਜੀ ਹੋਈ ਆ ਮੇਰੇ ਪਹਾੜ ਰੂਪੀ ਸੰਗਾਸਨ ਦੇ ਪੈਰਾਂ ਵਿੱਚ ਵਗਦਾ ਪਾਣੀ ਕਿੰਨਾ ਨੀਵੇਂ ਔਰ ਮੈਂ ਕਿੰਨੀ ਮਹਾਨ ਹਾਂ ਮੈਂ ਪਹਾੜ ਦੀ ਚੋਟੀ ਉੱਪਰ ਆਸਮ ਜਮਾ ਕੇ ਬੈਠੀ ਆ ਬਰਫ ਸੋਚਦੀ ਐ ਮੈਂ ਮਹਾਨ ਆ ਸਾਗਰ ਦਾ ਪਾਣੀ ਮੇਰੇ ਸੰਗਾਸਨ ਦੇ ਕਦਮਾਂ ਦੇ ਵਿੱਚ ਠੋਕਰਾਂ ਖਾਰਿਆ ਬਾਰ-ਬਾਰ ਲਹਿਰਾਂ ਕਿਨਾਰੇ ਨੂੰ ਵੱਜ ਰਹੀਆਂ ਨੇ ਉਹ ਹੰਕਾਰ ਚ ਭਰੀ ਬੈਠੀ ਐ ਬਰਫ ਕੀ ਹੋਇਆ ਸਵੇਰ ਹੋਈ ਸੂਰਜ ਨਿਕਲਿਆ ਸੂਰਜ ਦੀਆਂ ਤਪਸ਼ ਭਰੀਆਂ ਕਿਰਨਾਂ ਜਦੋਂ ਉਸ ਬਰਫ਼ ਦੇ ਉੱਪਰ ਪਈਆਂ ਬਰਫ਼ ਪਿਗਲਣੀ ਸ਼ੁਰੂ ਹੋ ਗਈ ਜਿਵੇਂ ਜਿਵੇਂ ਤਪਸ਼ਾਈ ਬਰਫ਼ ਪਿਗਲੀ ਉਹਨੂੰ ਅਹਿਸਾਸ ਹੋਇਆ ਮੈਂ ਤੇ ਉਹੀ ਪਾਣੀ ਹਾਂ ਜਿਹੜਾ ਬਾਹਰ ਸਾਗਰ ਵਿੱਚ ਦੂਰ ਨਜ਼ਰ ਆ ਰਿਹਾ ਹੈ ਇਹਦਾ ਮਤਲਬ ਮੇਰਾ ਮੂਲ ਮੇਰਾ ਅਸਲਾ ਤੇ ਉਸ ਸਮੁੰਦਰ ਹੀ ਹੈ ਮੈਂ ਆਪਣੇ ਮੂਲ ਨੂੰ ਜਾ ਕੇ ਮਿਲਾਂ ਇੱਥੋਂ ਸਫ਼ਰ ਸ਼ੁਰੂ ਹੋਇਆ ਉਸ ਪਾਣੀ ਦਾ ਉਸ ਪਾਣੀ ਦੇ ਸਾਹਮਣੇ ਪੱਥਰ ਆਏ ਰੁੱਖ ਆਏ ਬੂਟੇ ਆਏ ਇੱਕ ਚਰਨਾ ਬਣਿਆ ਕੁਲ ਬਣੀ ਚਰਨਾ ਬਣਿਆ ਨਦੀ ਬਣੀ ਰੁਕਾਵਟਾਂ ਨੂੰ ਪੱਥਰਾਂ ਨੂੰ ਤੋੜਦੀ ਹੋਈ ਉਹ ਨਦੀ ਅੱਗੇ ਵੱਧੀ ਚੱਲੇਗੀ ਜਦੋਂ ਸਾਗਰ ਆਇਆ ਸਾਗਰ ਦੇ ਚਰਨਾਂ ਨੂੰ ਉਸ ਨਦੀ ਨੇ ਛੂਆ ਉਹ ਪਾਣੀ ਖੁਦ ਸਾਗਰ ਹੋ ਗਿਆ ਅਸੀਂ ਵੀ ਉਸ ਚੋਟੀ ਉਤਲੀ برف ਦੀ ਤਰ੍ਹਾਂ ਅਸੀਂ ਵੀ ਸਖਤ ਹੋ ਗਏ ਹੰਕਾਰ ਵਿੱਚ ਆਕੜੇ ਹੋਏ ਹਾਂ ਸਾਡੇ ਵਰਗਾ ਕੌਣ ਪਰ ਜਦੋਂ ਗੁਰੂ ਗਿਆਨ ਦੀਆਂ ਕਿਰਨਾਂ ਦੀ ਤਪਸ਼ ਸਾਡੇ ਤੇ ਪੈਂਦੀ ਹੈ ਗੁਰੂ ਦਾ ਗਿਆਨ ਸਾਨੂੰ ਪਿਗਲਾ ਦਿੰਦਾ ਹੈ ਸਾਡੇ ਹੰਕਾਰ ਨੂੰ ਤੋੜਦਾ ਹੈ ਸਾਡੀ ਈਗੋ ਨਾਸ਼ ਹੁੰਦੀ ਹੈ ਸਾਡੀ ਕਠੋਰਤਾ ਮੁਕਦੀ ਹੈ ਅੰਦਰ ਦਇਆ ਕੋਮਲਤਾ ਪੈਦਾ ਹੁੰਦੀ ਹੈ ਉਸ ਦਇਆ ਵਿੱਚੋਂ ਫਿਰ ਧਰਮ ਜਨਮ ਲੈਂਦਾ ਹੈ ਤੌਲ ਧਰਮ ਦਇਆ ਕਾਪੂਤ ਜਦੋਂ ਧਰਮ ਜਨਮ ਲੈਂਦਾ ਉਸ ਦਇਆ ਵਿੱਚੋਂ ਅਸੀਂ ਵਹਿ ਤੁਰਦੇ ਹਾਂ ਆਪਣੇ ਅਸਲੀ ਵੱਲ ਮੂਲ ਵੱਲ ਗੁਰੂ ਜੀ ਨੇ ਬਚਨ ਕੀਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜਦੋਂ ਸੂਰਜ ਦੀਆਂ ਕਿਰਨਾਂ ਆ ਕੇ ਮਿਲੀਆਂ ਜਲ ਕਾ ਪਹਿਲੇ ਜਲ ਦਾ ਅਰਥ ਹੈ ਬਰਫ਼ ਜਲ ਹੂਆ ਰਾਮ ਦੂਜੇ ਜਲ ਦਾ ਅਰਥ ਹੈ ਪਾਣੀ ਉਹ ਸਖਤ ਜਲ ਜਿਹੜੀ ਬਰਫ਼ ਬਣ ਗਈ ਸੀ ਉਹ ਪਾਣੀ ਹੋ ਗਈ ਗੁਰੂ ਦੇ ਗਿਆਨ ਦੀਆਂ ਤਿੱਖੀਆਂ ਕਿਰਨਾਂ ਨੇ ਹੰਕਾਰ ਨੂੰ ਪਿਗਲਾ ਦਿੱਤਾ ਅਸੀਂ ਨਮਰ ਹੋਣੇ ਸ਼ੁਰੂ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨthia ਰਾਮ ਇੱਕ ਦਿਨ ਮਿਲਾਪ ਹੋਇਆ ਸ ਪ੍ਰਭੂ ਦਾ ਉਹਦਾ ਰੂਪ ਹੋ ਗਏ ਹੰਕਾਰ ਦੀ ਰੁਕਾਵਟ ਖਤਮ ਹੋਈ ਪ੍ਰਭੂ ਦਾ ਰੂਪ ਹੋ ਗਏ ਰੱਬੀ ਹੁਕਮਾਂ ਨੂੰ ਮੰਨਣ ਵਾਲੀ ਦੀ ਜ਼ਿੰਦਗੀ ਵਿੱਚ ਰੁਕਾਵਟ ਬਚਦੀ ਨਹੀਂ ਇਹ ਨਹੀਂ ਕਿ ਆਉਂਦੀ ਨਹੀਂ ਆਉਂਦੀ ਹੈ ਬਚਦੀ ਨਹੀਂ ਸਿੱਧੇ ਰਸਤੇ ਤੇ ਤੁਰ ਜਾਣਾ ਅਜੇ ਆਸਾਨ ਹੈ ਪਰ ਅਸਲੀ ਸੂਰਬੀਰਤਾ ਹੈ ਪਹਾੜ ਨੂੰ ਪਾਰ ਕਰਨਾ ਚੋਟੀ ਨੂੰ ਸਰ ਕਰਨਾ ਅਸਲੀ ਬਹਾਦਰੀ ਹੈ ਇਹ ਸੂਰਮਿਲਤਾ ਹੈ ਅਸਲੀ ਸੂਰਬੀਰਤਾ ਹੈ ਕ੍ਰੋਧ ਦਾ ਟੱਕਰਾ ਕਰਨਾ ਲੋਭ ਦਾ ਮੁਕਾਬਲਾ ਹੰਕਾਰ ਜ਼ੁਲਮ ਦਾ ਟੱਕਰਾ ਕਰਨਾ ਝੂਠ ਦਾ ਟੱਕਰਾ ਕਰਕੇ ਇਸ ਝੂਠ ਦੇ ਪਹਾੜ ਨੂੰ ਰੁਕਾਵਟ ਨੂੰ ਟੱਪ ਕੇ ਅੱਗੇ ਵਧਣਾ ਇਹ ਬੜਾ ਔਖਾ ਹੈ ਜ਼ੁਲਮ ਦੇ ਖਿਲਾਫ ਆਵਾਜ਼ ਉਠਾਣੀ ਇਸ ਸੂਰ ਬੀਰਾਂ ਵਾਲਾ ਕੰਮ ਹੈ ਤੇ ਸੂਰ ਬੀਰਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਰੁਕਦੀ ਨਹੀਂ ਉਹ ਟੱਪ ਕੇ ਗੇ ਲੰਘ ਜਾਂਦੇ ਨੇ ਅੱਜ ਮਨੁੱਖਤਾ ਦੇ ਰਸਤੇ ਵਿੱਚ ਜਾਤੀਵਾਦ ਬੜੀ ਵੱਡੀ ਰੁਕਾਵਟ ਹੈ ਊਚ ਨੀਚ ਦੇ ਭੇਦ ਭਾਵ ਜਿਸ ਜਾਤੀਵਾਦ ਨੇ ਇਨਸਾਨ ਨੂੰ ਕਈ ਟੁਕੜਿਆਂ 'ਚ ਵੰਡ ਦਿੱਤਾ ਇਨਸਾਨ ਦੂਜੇ ਇਨਸਾਨ ਨੂੰ ਇਨਸਾਨ ਹੀ ਨਹੀਂ ਸਮਝਦਾ ਕੋਈ ਊਚ ਹੈ ਕੋਈ ਨੀਚ ਹੈ ਕੋਈ ਪਵਿੱਤਰ ਹੈ ਕੋਈ ਝੂਠਾ ਹੈ ਇਸ ਜਾਤੀਵਾਦ ਦੀ ਦੀਵਾਰ ਨੂੰ ਤੋੜਨ ਵਾਸਤੇ ਕਈ ਧਰਮੀਪੁਰਖ ਆਏ ਸਾਧ ਸੰਤ ਆਏ ਜਾਤ ਪਾਤ ਸਮਾਜ ਵਿੱਚੋਂ ਮੁਕਾਹ ਨਾ ਸਕੇ ਪਰ ਆ ਜਿਹੜੀ ਲਵ ਮੈਰਿਜ ਨੇ ਜਾਤ ਪਾਤ ਦੀ ੱਤ ਜਿਉਂ ਉਡਾ ਦਿੱਤੀਆਂ ਜਦੋਂ ਬੱਚੇ ਪਿਆਰ ਚ ਪੈਂਦੇ ਨੇ ਉਹ ਨਹੀਂ ਜਾਤ ਪਾਤ ਦੇਖਦੇ ਮਾਪੇ ਰੋਕਦੇ ਨੇ ਇੰਟਰ ਕਾਸਟ ਵਿਆਹ ਨਹੀਂ ਕਰਨਾ ਔਰ ਜਾਤ ਪਾਤ ਬੜੀ ਵੱਡੀ ਰੁਕਾਵਟ ਜਿਹਨੇ ਮਨੁੱਖਤਾ ਨੂੰ ਵੰਡਿਆ ਹੋਇਆ ਕੋਈ ਮਨੁੱਖ ਊਚ ਹੈ ਕੋਈ ਨੀਚ ਹੈ ਕੋਈ ਪਵਿੱਤਰ ਕੋਈ ਝੂਠਾ ਰੱਬ ਦੇ ਇਨਸਾਨ ਦੇ ਟੁਕੜੇ ਕਰ ਦਿੱਤੇ ਇਸ ਜਾਤ ਪਾਤ ਨੇ ਭਗਤ ਕਬੀਰ ਜੀ ਕਿੱਡੇ ਵੱਡੇ ਸੂਰਬੀਰ ਨੇ ਜਿਨ੍ਹਾਂ ਨੇ ਰੁਕਾਵਟ ਨੂੰ ਪਾਰ ਕੀਤਾ ਜਿਨ੍ਹਾਂ ਨੇ ਗੱਜ-ਵੱਜ ਕੇ ਕਿਹਾ ਤੁਮ ਕਤ ਬਾਹਮਣ ਹਮ ਕਤ ਸ਼ੂਦ ਹਮ ਕਤ ਲੋਹ ਤੁਮ ਕਤ ਦੂਦ ਇਹ ਸੂਰਬੀਰਤਾ ਵਾਲਾ ਕੰਮ ਸੀ ਇੰਨੀ ਗੱਲ ਕਹਿ ਦੇਣੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨਪਾਟ ਕਾਹੇ ਨਹੀਂ ਆਇਆ ਗੁਰੂ ਜੀ ਸੂਰਬੀਰ ਨੇ ਜਾਤੀਵਾਦੀ ਰੁਕਾਵਟਾਈ ਰੋਕ ਨਾ ਸਕੇ ਉਹਨਾਂ ਨੇ ਗੱਜ-ਵੱਜ ਕੇ ਕਹਿ ਦਿੱਤਾ ਫੱਕੜ جاتی ਫੱਕੜ ਨਾਉ ਕਿ ਜਾਤ-ਪਾਤ ਵਿਰਥ ਨੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੀ ਕਿਹੜੇ ਸੂਰਬੀਰ ਹੋਣਗੇ ਜਾਤ-ਪਾਤ ਦੀ ਰੁਕਾਵਟਾਈ ਤੋੜ ਦਿੱਤੀ ਜ਼ੁਲਮ ਦੀ ਰੁਕਾਵਟਾਈ ਤੋੜ ਦਿੱਤੀ ਕਿੰਨੇ ਸੂਰਬੀਰ ਹੋਣਗੇ ਅੱਜ ਦੇਖ ਲਓ ਸਾਡੇ ਸਮਾਜ ਵਿੱਚ ਕੋਈ ਭ੍ਰਿਸ਼ਟ ਲੀਡਰ ਹੋਵੇ ਤੁਸੀਂ ਉਹਦੇ ਖਿਲਾਫ ਬੋਲ ਕੇ ਦੇਖੋ ਤੁਹਾਨੂੰ ਜੇਲ੍ਹ 'ਚ ਸੁੱਟ ਦੇਣਗੇ ਤੁਹਾਡਾ ਨੁਕਸਾਨ ਕਰ ਦੇਣਗੇ ਪਰ ਗੁਰੂ ਨਾਨਕ ਪਾਤਸ਼ਾਹ ਕਿੱਡੇ ਵੱਡੇ ਸੂਰਬੀਰ ਨੇ ਲੋਕਲ ਲੀਡਰ ਨਹੀਂ ਸਮੇਂ ਦਾ ਦੇਸ਼ ਦਾ ਬਾਦਸ਼ਾਹ ਬਾਬਰ ਉਹਦੇ ਮੂੰਹ ਤੇ ਜਾ ਕੇ ਆਖਦੇ ਨੇ ਬਾਬਰ ਤੂੰ ਜ਼ਬਰ ਹੈ ਇਡਾ ਜ਼ੁਲਮ ਨਾ ਕਰ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗਿਆ ਦਾਨ ਵੇ ਲਾ ਲੋ ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਐ ਬਾਬਰ ਤੂੰ ਜ਼ੁਲਮ ਨਾ ਕਰ ਤੂੰ ਜ਼ਬਰ ਹੈ ਕਿੱਡੇ ਵੱਡੇ ਸੂਰਬੀਰ ਹੋਣਗੇ ਆਪਣੇ ਸਮੇਂ ਦੇ ਸਭ ਤੋਂ ਵੱਡੇ ਜ਼ਾਲਮ ਬਾਦਸ਼ਾਹ ਦੇ ਮੂੰਹ ਦੇ ਉੱਪਰ ਇਹ ਗੱਲ ਕਹਿ ਦੇਣੀ ਰੁਕਾਵਟ ਤੇ ਆਈ ਪਰ ਸੂਰਬੀਰ ਰੁਕਾਵਟਾਂ ਨੂੰ ਟੱਪ ਜਾਂਦੇ ਨੇ ਰੁਕਾਵਟਾਂ ਉਹਨਾਂ ਦੇ ਰਸਤੇ ਨੂੰ ਰੋਕ ਨਹੀਂ ਸਕਦੀਆਂ ਮੰਨੈ ਮਾਰਗ ਠਾਕ ਨਾ ਪਾਏ ਰੱਬੀ ਹੁਕਮ ਮੰਨਣ ਵਾਲਾ ਗੁਰੂ ਦੇ ਗਿਆਨ ਨੂੰ ਮੰਨਣ ਵਾਲੀ ਦੀ ਜ਼ਿੰਦਗੀ 'ਚ ਕੋਈ ਰੁਕਾਵਟ ਰਸਤਾ ਰੋਕ ਨਹੀਂ ਸਕਦੀ ਔਰ ਰੁਕਾਵਟਾਂ ਟੱਪ ਕੇ ਗਿਤਰ ਜਾਂਦੇ ਨੇ ਉਹ ਸੂਰਬੀਰ ਨੇ ਮੰਨੈ ਪਤ ਸਿਓ ਪ੍ਰਗਟ ਜਾਏ ਗੁਰੂ ਦੇ ਹੁਕਮਾਂ ਨੂੰ ਮੰਨਣ ਦੇ ਨਾਲ ਕੀ ਹੁੰਦਾ ਹੈ ਜੀਵ ਇੱਜ਼ਤ ਦੇ ਨਾਲ ਪ੍ਰਗਟ ਹੁੰਦਾ ਹੈ ਜਿੰਨੂੰ ਵੀ ਇੱਜ਼ਤ ਮਿਲੀ ਸ਼ੁਭ ਗੁਣਾ ਨਾਲ ਮਿਲੀ ਕਦੀ ਕਿਸੇ ਨੂੰ ਚੋਰੀ ਕਰਕੇ ਇੱਜ਼ਤ ਮਿਲੀ ਕਿ ਫਲਾਣਾ ਬੰਦਾ ਬਹੁਤ ਚੋਰੀਆਂ ਕਰਦੇ ਇੱਜ਼ਤ ਕਰੋ ਉਹਦੀ ਨਹੀਂ ਲੋਕ ਇੱਜ਼ਤ ਨਹੀਂ ਕਰਦੇ ਤਸਕਾਰ ਦਿੰਦੇ ਨੇ ਫਲਾਣਾ ਬੜਾ ਵੱਡਾ ਜੁਵਾਰੀ ਹੈ ਇੱਜ਼ਤ ਕਰੋ ਉਹਦੀ ਫਲਾਣਾ ਬੜਾ ਵੱਡਾ ਸ਼ਰਾਬੀ ਇੱਜ਼ਤ ਕਰੋ ਸ਼ਰਾਬ ਇੱਜ਼ਤ ਨਹੀਂ ਦਵਾਦੀ ਬੇਇੱਜ਼ਤੀ ਦਵਾਦੀ ਹੈ ਸ਼ਰਾਬਦਾਨਾ ਕਿੰਨੇ ਇੱਜ਼ਤ ਖੱਟੀ ਕਿ ਫਲਾਣਾ ਨਸ਼ੇ ਕਰਦਾ ਹੈ ਅਫੀਮਚੀ ਹੈ ਇਹਨੂੰ ਇੱਜ਼ਤ ਦਿਓ ਫਰਾਣਾ ਲੋਕਾਂ ਦੇ ਹੱਕ ਮਾਰਦੇ ਇੱਜ਼ਤ ਦਿਓ ਨਹੀਂ ਇੱਜ਼ਤ ਵਿਕਾਰਾਂ ਨਾਲ ਨਹੀਂ ਮਿਲੇਗੀ ਇੱਜ਼ਤ ਗੁਣਾ ਨਾਲ ਮਿਲੇਗੀ ਜੇ ਤੁਸੀਂ ਇਮਾਨਦਾਰੀ ਦੀ ਜ਼ਿੰਦਗੀ ਜਿਉਂਦੇ ਹੋ ਇੱਜ਼ਤ தான ਮਿਲੇਗੀ ਮਿੱਠਾ ਬੋਲਦੇ ਹੋ ਤੇ ਇੱਜ਼ਤ ਮਿਲੇਗੀ ਤੁਸੀਂ ਕਿਸੇ ਨੂੰ ਮਾਨ ਸਤਕਾਰ ਦਿੰਦੇ ਹੋ ਲੋਕ ਤੁਹਾਡਾ ਮਾਨ ਸਤਕਾਰ ਕਰਦੇ ਨੇ ਤਾਂ ਹੀ ਇੱਜ਼ਤ ਮਿਲੇਗੀ ਮੈਂ ਤੁਹਾਨੂੰ ਮਿੱਠੇ ਬੋਲ ਬੋਲਦਾ ਤੁਸੀਂ ਮੈਨੂੰ ਇੱਜ਼ਤ ਦਿਓਗੇ ਮੈਂ ਤੁਹਾਨੂੰ ਕੌੜੇ ਬੋਲ ਬੋਲਦਾ ਤੁਸੀਂ ਇੱਜ਼ਤ ਨਹੀਂ ਦਿਓਗੇ ਸ਼ਬ ਗੁਣਾ ਨਾਲ ਇੱਜ਼ਤ ਮਿਲਦੀ ਹੈ ਜਿਸ ਮਨੁੱਖ ਦੀ ਜ਼ਿੰਦਗੀ 'ਚ ਰੱਬੀ ਗੁਣ ਆ ਜਾਂਦੇ ਨੇ ਉਹ ਨਿਰਵੈਰ ਹੋ ਜਾਂਦਾ ਹੈ ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੁਭਾਵਕ ਇੱਜ਼ਤ ਮਿਲ ਜਾਂਦੀ ਹੈ ਦੁਸ਼ਮਣੀ ਕੋਈ ਨਹੀਂ ਹੁੰਦਾ ਉਹ ਕਰਤਾਪੁਰਖ ਹੋ ਕੇ ਵਿਚਰਦਾ ਹੈ ਕਿਸੇ ਦਾ ਭਲਾ ਕਰ ਰਿਹਾ ਹੈ ਤੇ ਭਲਾ ਕਰਨ ਵਾਲੇ ਨੂੰ ਲੋਕ ਇੱਜ਼ਤ ਦਿੰਦੇ ਨੇ ਮੰਨੈ ਪਤ ਸਿਓ ਪ੍ਰਗਟ ਜਾਏ ਉਹ ਮਨੁੱਖ ਜਿਹੜਾ ਗੁਰੂ ਦੇ ਹੁਕਮਾਂ ਨੂੰ ਮੰਨ ਲੈਂਦਾ ਹੈ ਗੁਰੂ ਦੇ ਹੁਕਮਾਂ ਨੂੰ ਮੰਨਣ ਨਾਲ ਰੱਬੀ ਹੁਕਮਾਂ ਨੂੰ ਜ਼ਿੰਦਗੀ ਵਿੱਚ ਮੰਨਣ ਦੇ ਨਾਲ ਇੱਜ਼ਤ ਦੇ ਨਾਲ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ ਉੱਗਾ ਹੋ ਜਾਂਦਾ ਹੈ ਲੋਕ ਮਾਨ ਦਿੰਦੇ ਨੇ ਭਗਤ ੁਰਦਾਸ ਜਿਹਦੇ ਸਮੇਂ ਕਿਹੜਾ ਰਾਜਾ ਸੀ ਕਿਸੇ ਵਿਰਲੇ ਨੂੰ ਯਾਦ ਹੋਏਗਾ ਪਰ ਭਗਤ ੁਰਦਾਸ ਨੂੰ ਤੇ ਸਾਰੀ ਦੁਨੀਆ ਜਾਣਦੀ ਹੈ ਪ੍ਰਗਟ ਹੈ ਨਾ ਸੰਸਾਰ ਵਿੱਚ ਮੰਨਿਆ ਪਤ ਸਿਓ ਪ੍ਰਗਟ ਜਾਈ ਇੱਜ਼ਤ ਨਾਲ ਪ੍ਰਗਟ ਨੇ ਜਦੋਂ ਚਾਰੇ ਤਰਫ ਨਾਂ ਫੈਲ ਗਿਆ ਰਬਦਾਸ ਸਰਵਦਾਸ ਸਰਵਦਾਸ ਤੇ ਕਿਸ ਨੇ ਪੁੱਛ ਲਿਆ ਇਹ ਉਦਾਸ ਕੋਈ ਨਵਾਬ ਹੈ ਰਾਜਾ ਹੈ ਬੜਾ ਨਾਮ ਹੈ ਦਾ ਕਹਿੰ ਲਗੇ ਨਹੀਂ ਬਾਦਸ਼ਾਹ ਹੈ ਬੜਾ ਨਾਮ ਹੈ ਦਾ ਕਹਿੰ ਲਗੇ ਨਹੀਂ ਪੁੱਛਿਆ ਕੌਣ ਹੈ ਕਹਿੰ ਲਗੇ ਹੈ ਇੱਕ ਰੱਬ ਦਾ ਪਿਆਰਾ ਜਿਹੜਾ ਰਸਤੇ 'ਚ ਬੈਠ ਕੇ ਲੋਕਾਂ ਦੀਆਂ ਜੁੱਤੀਆਂ ਗੰਢਦਾ ਹੈ ਹੈ ਐਡਾ ਨਾਮ ਨਾਮ ਕਿਉਂ ਹੈ ਨਾਮ ਇਸ ਕਰਕੇ ਹੈ ਮਲੇ ਕੁਚਲੇ ਕੱਪੜਿਆਂ 'ਚ ਲਪੇਟਿਆ ਹੋਇਆ ਕੀਮਤੀ ਹੀਰਾ ਹੈ ਲੋਕ ਇਹਦਾ ਮੁੱਲ ਨਹੀਂ ਪਾ ਸਕਦੇ ਅਮੁੱਲਕ ਹੈ ਇਹ ਇਹ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਇਹ ਅਮੁੱਲ ਵਪਾਰੀ ਹੈ ਇਹਦੇ ਕੋਲ ਬ੍ਰਾਹਮਣ ਆਉਂਦੇ ਨੇ ਖੱਤਰੀ ਆਉਂਦੇ ਨੇ ਵੈਸ਼ ਆਉਂਦੇ ਨੇ ਸ਼ੁੱਧਰ ਆਉਂਦੇ ਨੇ ਸਾਰਿਆਂ ਨੂੰ ਗਿਆਨ ਦੇ ਨਾਲ ਲਵਾ ਲਾ ਪਰ ਦਿੰਦਾ ਇਹ ਮੈਲੇ ਕੁਚੈਲੇ ਕਪੜੇ ਚ ਲਪੇਟਿਆ ਹੀਰਾ ਹੈ ਗਰੀਬੀ ਦੀ ਗੁਦੜੀ ਦੇ ਵਿੱਚ ਰੱਬ ਦਾ ਭਗਤ ਹੈ ਭਗਤ ਭਗਤ ਜਗਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਇਹਨੂੰ ਕਹਿੰਦੇ ਮਤਨੇ ਪਤਾ ਸਿਉ ਪ੍ਰਗਟ ਜਾਏ ਦੁਨੀਆ ਚ ਉੱਗਾ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਇੱਜ਼ਤ ਦੇ ਨਾਲ ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕੌਣ ਹੈ ਜੀ ਰਸਤੇ ਚ ਬੈਠ ਕੇ ਜੁੱਤੀਆਂ ਗਣਦਾ ਹੈ ਕੁਲ ਦਾ ਇਹਦਾ ਧਰਮ ਮਰੇ ਪਸ਼ੂਆਂ ਨੂੰ ਸਾਹਮਣੇ ਪਾਣਾ ਗੰਡੇ ਰਾਹ ਵਿੱਚ ਕੁਲਾ ਧਰਮ ਟੋਏ ਟੋਰ ਸਮਿਟਾ ਪੁੱਛਿਆ ਇਹਨਾਂ ਨਾਮ ਕਿਉਂ ਹੈ ਕਹਿੰ ਲੈਂਗੇ ਨਾਮ ਇਸ ਕਰਕੇ ਹੈ ਜਿਉਂ ਕਰ ਮੈਲੇ ਚਿੱਥੜੇ ਹੀਰਾ ਲਾਲ ਅਮੋਲ ਪਲੇਟਾ ਜੋ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹਿਟਾ ਗਿਆਨ ਧਿਆਨ ਭਗਤੀ ਚ ਲਿਪਟਿਆ ਹੋਇਆ ਪੂਰੀ ਦੁਨੀਆ ਨੂੰ ਉਪਦੇਸ਼ ਦੇ ਹੀ ਜਾਂਦਾ ਹੈ ਸੱਚ ਨਾਲ ਜੋੜੀ ਜਾਂਦਾ ਹੈ ਇੱਜ਼ਤ ਖੱਟ ਰਿਹਾ ਲੋਕ ਕਹਿ ਰਹੇ ਨੇ ਭਗਤ ਇਹ ਉਹੀ ਲੋਕ ਨੇ ਜਿਹੜੇ ਕਿਦੀ ਮਾਰਨ ਆਉਂਦੇ ਸਨ ਭਗਤੁਰਦਾਸ ਜੀ ਨੂੰ ਅੱਜ ਭਗਤੁਰਦਾਸ ਜੀ ਆਖਦੇ ਨੇ ਮੈਂ ਸਵੇਰੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਕੀ ਦੇਖਿਆ ਵਿਦਵਾਨ ਚੋਟੀ ਦੇ ਜਿਹੜੇ ਮੁਖੀ ਬ੍ਰਾਹਮਣ ਸਨ ਵਿਪਰ ਪ੍ਰਧਾਨ ਜਿਹੜੇ ਪ੍ਰਧਾਨ ਬਿੱਪਰ ਸਨ ਮੇਰੇ ਦਰਵਾਜ਼ੇ ਚ ਆ ਕੇ ਖਲੋਤੇ ਹੋਏ ਮੈਂ ਪੁੱਛ ਲਿਆ ਅੱਜ ਮੈਂ ਕੀ ਗਲਤ ਕਹਿ ਦਿੱਤਾ ਆਪਣੀ ਬਾਣੀ ਵਿੱਚ ਅੱਜ ਫਿਰ ਮਾਰਨ ਆਏ ਹੋ ਤੇ ਉਹਨਾਂ ਹੱਥ ਜੋੜ ਕੇ ਕਹਿਆ ਸੀ ਨਹੀਂ ਉਹ ਬਾਬਾ ਰਬਦਾਸ ਸਾਨੂੰ ਮੁਆਫ ਕਰੀ ਅਸੀਂ ਤੈਨੂੰ ਪਛਾਣਿਆ ਹੀ ਨਹੀਂ ਸੀ ਅੱਜ ਤੈਨੂੰ ਮਾਰਨ ਨਹੀਂ ਆਏ ਅੱਜ ਸੋਚ ਕੇ ਆਏ ਆ ਜਿੰਨਾ ਚਿਰ ਸਵੇਰੇ ਉੱਠ ਕੇ ਤੇਰੇ ਦਰਸ਼ਨ ਨਾ ਕਰ ਲਈਏ ਤੈਨੂੰ ਮੱਥਾ ਨਾ ਟੇਕ ਲਈਏ ਅਸੀਂ ਕੋਈ ਕੰਮ ਨਹੀਂ ਸ਼ੁਰੂ ਕਰਿਆ ਕਰਾਂਗੇ ਸਾਨੂੰ ਗਿਆਨ ਦੇ ਜਿੰਦਗੀ ਜਿਉਣੀ ਕਿਵੇਂ ਹੈ ਭਗਤ ਜੀ ਨੂੰ ਆਪਣੀ ਬਾਣੀ 'ਚ ਗੱਲ ਕਹਿਣੀ ਪਈ ਮੇਰੀ ਜਾਤ ਕੁੱਟ ਬੰਡਲਾ ਢੋਰ ਟਵੰਤਾ ਨਿਤੈ ਬਨਾਰਸੀ ਆਸ ਪਾਸਾ ਅਬ ਵਿਪਰ ਪ੍ਰਧਾਨ ਤਹਿ ਕਰੈ ਡੰਡੋਤ ਹੁਣ ਵਿਪਰ ਪ੍ਰਧਾਨ ਜਿਹੜੇ ਮੁਖੀ ਵਿਪਰ ਮੁਖੀ ਬ੍ਰਾਹਮਣ ਨੇ ਡੰਡੇ ਵਤ ਲੰਮੇ ਪੈ ਪੈ ਕੇ ਮੱਥੇ ਟੇਕਦੇ ਨੇ ਮਾਲਕਾ ਤੇਰੇ ਨਾਮ ਨੇ ਐਡਾ ਉਗਾ ਕਰ ਦਿੱਤਾ ਤੇਰੇ ਦਾਸ ਨੂੰ ਅਬ ਵਿਪਰ ਪ੍ਰਧਾਨ ਤੈ ਕਰੇ ਡੰਡੋਤ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਜਿੱਦਾਂ ਦਾ ਤੇਰੇ ਨਾਮ ਦੀ ਸ਼ਰਨ ਵਿੱਚ ਆਇਆ ਤੇਰੇ ਨਾਮ ਨੂੰ ਜੀਵਨ ਚ ਧਾਰਿਆ ਹੈ ਨਿਰਵੈਰ ਨਿਰਪਉ ਬਖਸ਼ਿੰਦ ਦਿਆਲਤਾ ਕਰਤਾ ਅਜੂਨੀ ਸੈਭੰ ਜਿੱਦਾਂ ਦਾ ਤੇਰੇ ਨਾਮ ਦੀ ਸ਼ਰਨ ਵਿੱਚ ਆਇਆ ਤੇਰੇ ਗੁਣਾਂ ਨੂੰ ਜੀਵਨ ਚ ਧਾਰਿਆ ਹੈ ਤੇਰੇ ਇਨਾਂ ਗੁਣਾਂ ਨੇ ਦੁਨੀਆਂ ਚ ਉੱਗਾ ਕਰ ਦਿੱਤਾ ਕੋਈ ਮੰਨੇ ਤੇ ਸਹੀ ਇਨਾਂ ਗੁਣਾਂ ਨੂੰ ਉਹ ਦੁਨੀਆਂ ਚ ਇੱਜ਼ਤ ਨਾਲ ਉੱਗਾ ਹੋਏਗਾ ਪ੍ਰਗਟ ਹੋਏਗਾ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਜਿਹੜਾ ਗੁਰੂ ਹੁਕਮਾਂ ਨੂੰ ਮੰਨ ਲੈਂਦਾ ਰੱਬੀ ਗੁਣਾਂ ਨੂੰ ਜੀਵਨ ਚ ਮੰਨ ਲੈਂਦਾ ਤਾਰ ਲੈਂਦਾ ਹੈ ਮਗ ਨਾ ਚੱਲੇ ਪੰਥ ਮਗ ਮਨੇ ਰਸਤਾ ਪੰਥ ਮਨੇ ਪੀਖ ਉਹ ਮਜਬਾਂ ਦੇ ਚੱਕਰਾਂ ਚ ਨਹੀਂ ਫਸਦਾ ਪੰਥ ਮਨੇ ਮਜਬ ਮਤ ਵੱਖੋ ਵੱਖਰੀਆਂ ਵਿਚਾਰ ਧਾਰਾਂ ਉਹ ਵੱਖੋ ਵੱਖਰੀ ਮਜਬਾਂ ਦੇ ਝਗੜਿਆਂ ਚ ਨਹੀਂ ਪੈਂਦਾ ਇਸ ਧਰਮ ਤੇ ਕਿੰਨੇ ਮਜਬ ਨੇ ਕਿੰਨੇ মত ਨੇ ਭਾਰਤ ਵਿੱਚ ਕਿੰਨੇ ਧਰਮੀ ਲੋਕ ਨੇ ਪਰ ਸ਼ਾਂਤੀ ਕਿਤੇ ਦਿੱਸਦੀ ਹੈ ਕਿਤੇ ਨਜ਼ਰ ਆਉਂਦੀ ਇਮਾਨਦਾਰੀ ਕਿਤੇ ਹੱਕ ਸੱਚ ਦੀ ਗੱਲ ਨਜ਼ਰ ਆਉਂਦੀ ਵਿਰਲੀ ਆਏਗੀ ਬਹੁਤੀ ਨਹੀਂ ਬੇਈਮਾਨੀ ਝੂਠ ਕ੍ਰਿਪਸ਼ਨ ਇਹ ਸਾਰਾ ਕੁਝ ਤੇ ਦਿਖ ਜਾਂਦਾ ਔਰ ਸਭ ਤੋਂ ਵੱਡ ਧਰਮੀ ਖਵਾਣੇ ਲੋਕ ਭਾਰਤ ਵਿੱਚ ਨੇ ਮਜਬ ਬੜੇ ਨੇ ਤੇ ਪੰਥ ਬੜੇ ਨੇ ਪਰ ਧਰਮ ਤੇ ਕਿਤੇ ਨਜ਼ਰ ਆ ਨਹੀਂ ਰਿਹਾ ਪੰਥ ਤੇ ਬੋਤਨੀ ਮੰਨੇ ਮਗਨਾ ਚੱਲੇ ਪੰਥ ਰੱਬੀ ਹੁਕਮਾਂ ਨੂੰ ਮੰਨਣ ਵਾਲਾ ਉਹ ਵੱਖ-ਵੱਖਰੇ ਮਜਬਾਂ ਦੇ ਰਸਤੇ ਤੇ ਨਹੀਂ ਚੱਲਦਾ ਕਿਉਂਕਿ ਉਹ ਤੇ ਬੜੇ ਨੇ ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਬੜੇ ਨੇ ਸਮਾਧੀਆਂ ਲਾਣ ਵਾਲੇ ਬੜੇ ਨੇ ਅੱਖਾਂ ਮੀਟ ਕੇ ਬੈਠਣ ਵਾਲੇ ਬੜੇ ਨੇ ਪਰ ਸਮਾਧੀ ਤੋਂ ਉੱਠਦਿਆਂ ਸਾਰ ਦੁਕਾਨ ਤਿਆਗ ਕੇ ਸਭ ਤੋਂ ਪਹਿਲਾਂ ਗਾਕਾਂ ਦੀ ਛੇਲਾਣੀ ਸ਼ੁਰੂ ਕਰ ਦਿੰਦੇ ਨੇ ਕਿੱਥੇ ਗਿਆ ਧਰਮ ਕਿੱਥੇ ਗਿਆ ਵਿਚਾਰ ਜਿਹੜੇ ਪੜ੍ਹੇ ਸਨ ਕਿੱਥੇ ਗਈ ਉਹ ਜੀਵਨ ਸ਼ੈਲੀ ਧਰਮ ਦੀ ਜਿਹੜੇ ਸਮਾਧੀਆਂ ਤੇ ਲਾਹਰੇ ਨੇ ਉੜਦਿਆਂ ਸਾਰ ਆਪਣੇ ਪਰਿਵਾਰ ਨਾਲ ਹੀ ਲੜੀ ਜਾਂਦੇ ਨੇ ਬੱਚਿਆਂ ਨੂੰ ਮਾਰੀ ਜਾਂਦੇ ਨੇ ਨਿੰਦਿਆ ਚੁਗਲੀ ਝੂਠ ਕਰਨ ਬਹਿ ਜਾਂਦੇ ਨੇ ਬੇਈਮਾਨੀ ਕਰਨ ਲੱਗ ਜਾਂਦੇ ਨੇ ਸਵੇਰੇ ਸਮਾਧੀਆਂ ਲਾ ਕੇ ਬੈਠੇ ਨੇ ਰਾਤ ਬੋਤਲ ਖੋਲੀ ਬੈਠੇ ਹੁੰਦੇ ਨੇ ਕਿੱਥੇ ਗਈ ਉਹ ਦਿਨੇ ਜੂਆ ਖੇਡ ਰਹੇ ਨੇ ਚੋਰੀਆਂ ਕਰ ਰਹੇ ਨੇ ਟੈਕਸ ਦੀ ਚੋਰੀ ਕਰ ਰਹੇ ਨੇ ਕਿਸੇ ਦੀ ਚੀਜ਼ ਦੀ ਚੋਰੀ ਕਰ ਰਹੇ ਨੇ ਵਕ ਵਕ ਰਿ ਮਜਬਾਂ ਦੇ ਰਸਤਿਆਂ ਚ ਉਹ ਫਸਦਾ ਨਹੀਂ ਜਿਹਨੇ ਸੰਸਾਰ ਨੂੰ ਜੰਗ ਦਾ ਖਾੜਾ ਬਣਾ ਰੱਖਿਆ ਉਹ ਮਜ਼ਬ ਮਜ਼ਬ ਦੇ ਨਾਂ ਤੇ ਲੜਾਈਆਂ ਹੋ ਰਹੀਆਂ ਨੇ ਇੱਕ ਦੂਜੇ ਦੇ ਧਰਮ ਸਥਾਨ ਨੂੰ ਕੋਈ ਟਾਰ ਰਿਹਾ ਹੈ ਕੋਈ ਅੱਗ ਲਾ ਕੇ ਸਾੜ ਰਿਹਾ ਹੈ ਧਰਮ ਕਿੱਥੇ ਗਿਆ ਵਕ ਵਕ ਮਜਬ ਆਪਸ ਚ ਲੜ ਰਹੇ ਨੇ ਇੱਕੋ ਮਜਬ ਦੇ ਲੋਕ ਆਪਸ ਚ ਲੜ ਰਹੇ ਨੇ ਇੱਕੋ ਮਤ ਵਿੱਚ ਹੀ ਕਈ ਸੰਸਥਾਵਾਂ ਸੰਪਰਦਾਮਾਂ ਸੰਸਥਾਾਂਾਂ ਬਣ ਗਈਆਂ ਜਿਹੜੀਆਂ ਇੱਕ ਦੂਜੇ ਨਾਲ ਲੜ ਰਹੀਆਂ ਨੇ ਦੂਜੇ ਨੂੰ ਤੇ ਦੁਸ਼ਮਣ ਸਮਝਿਆ ਜਾਂਦਾ ਹੈ ਮੈਂ ਕਿਸੀ ਹੋਰ ਦੀ ਗੱਲ ਕਿਉਂ ਕਰਾਂ ਸਾਡੀ ਆਪਣੀ ਸਿੱਖੀ ਵਿੱਚ ਹੀ ਕੋਈ ਮਿਸ਼ਨ ਨਹੀਂ ਹੈ ਕੋਈ ਟਕਸਾਲੀ ਹੈ ਕੋਈ ਸਮਾਜਿਕ ਕੋਈ ਖੰਡ ਕੀਰਤਨੀ ਕੋਈ ਲੰਗ ਜੱਥੇਬੰਦੀ ਕੋਈ 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 ਵੱਖਰੀ ਸੁਸਾਇਟੀ ਕੋਈ ਕੋਈ ਮਰਿਆਦਾ ਕੋਈ ਵੱਖਰਾ ਡੇਰਾ ਔਰ ਜਿੰਨੀਆਂ ਮਰਿਆਦਾਾਂ ਉਹਨੇ ਪੰਥ ਦੇ ਟੁਕੜੇ ਔਰ ਦੂਜੇ ਨੂੰ ਤੇ ਸਿੱਖ ਸਮਝਿਆ ਹੀ ਨਹੀਂ ਜਾਂਦਾ ਦੁਸ਼ਮਣ ਹੀ ਸਮਝਿਆ ਜਾਂਦਾ ਹੈ ਗੁਰੂ ਜੀ ਦੇ ਬਚਨ ਮੰਨੇ ਹੁੰਦੇ ਤੇ ਸਾਡੀ ਨੌਬਤ ਨਹੀਂ ਸਿਆਣੀ ਕਿਉਂਕਿ ਗੁਰੂ ਜੀ ਤੇ ਇਹ ਕਹਿ ਰਹੇ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਅਮਿਸ਼ਨੀਆ ਟਕਸਾਲੀਆਂ ਦੇ ਝਗੜੇ ਖਤਮ ਹੋ ਜਾਣੇ ਸਨ ਅਸੀਂ ਇੱਕ ਦੂਜੇ ਨੂੰ ਭਰਾਵਾਂ ਦੀ ਤਰ੍ਹਾਂ ਮਿਲਣਾ ਸੀ ਕਿੱਥੇ ਵੀ ਗੁਰਬਾਣੀ ਵਾਲੀ ਸੋਚ ਅਸੀਂ ਤੇ ਅੱਡ ਹੋ ਕੇ ਬਹਿ ਗਏ ਦੂਜੇ ਨੂੰ ਸਿੱਖ ਹੀ ਨਹੀਂ ਸਮਝਿਆ ਸਿੱਖ ਸਿੱਖ ਨੂੰ ਕਿਵੇਂ ਮਿਲੇ ਸਿੱਖ ਜਦੋਂ ਸਿੱਖ ਨੂੰ ਮਿਲੇ ਖੜ ਜਾਏ 64 ਦੰਦ ਖਿੜ ਜਾਣ 32 ਦੰਦ ਇੱਕ ਸਿੱਖ ਦੇ 32 ਦੂਜੇ ਦੇ ਵਾਹ ਗੁਰੂ ਨਾਨਕ ਦੇ ਸਿੱਖ ਦੇ ਦਰਸ਼ਨ ਹੋਏ ਨੇ ਕਿਸੇ ਸੋਸਾਇਟੀ ਸੰਪਰਦਾ ਦੇ ਬੰਦੇ ਦੇ ਨਹੀਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਢੇਰ ਵਾਲਾ ਸਿੱਖ ਮਿਲ ਗਿਆ ਮੈਨੂੰ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ 64 ਦੰਦ ਉਹਨਾਂ ਦੇ ਖਿੜ ਜਾਣ 32 32 ਦੋਨਾਂ ਦੇ ਚਿਹਰੇ ਤੇ ਮੁਸਕਰਾਹਟ ਆ ਜਾਏ ਜਦੋਂ ਅੱਖਾਂ ਚਾਰ ਹੋਣ ਦੋ ਅੱਖਾਂ ਇੱਕ ਸਿੱਖ ਦੀਆਂ ਦੋ ਦੂਜੇ ਦੀਆਂ ਅੱਖਾਂ ਅੱਖਾਂ ਚ ਮਿਲਣ ਅੱਖਾਂ ਚਾਰ ਹੋ ਜਾਣ ਉਸੇ ਪਲ ਚਿਹਰੇ ਤੇ ਮੁਸਕਰਾਹਟ ਆ ਜਾਏ ਗੁਰੂ ਨਾਨਕ ਦਾ ਸਿੱਖ ਆਇਆ ਹੈ। ਔਰ ਇਸ ਤੋਂ ਬਾਅਦ 20 ਉਂਗਲਾਂ ਜੁੜ ਜਾਣ 10 ਉਂਗਲਾਂ ਇੱਕ ਸਿੱਖ ਦੇ ਹੱਥਾਂ ਦੀਆਂ 10 ਦੂਜੇ ਦੀਆਂ। ਤੇ ਜਦੋਂ ਹੱਥ ਜੋੜ ਕੇ ਫਤਿਹ ਬੁਲਾਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਉਹਨਾਂ ਦਾ ਰੋਮ ਰੋਮ ਖੜ ਜਾਈ। 3.5 ਕਰੋੜ ਰੋਮ ਇੱਕ ਦਾ 3.5 ਕਰੋੜ ਰੋਮ ਦੂਜੇ ਦਾ 7 ਕਰੋੜ ਰੋਮ ਰੋਮ ਖੜ ਜਾਈ। 4 ਮਿਲੇ ਚੌਸ ਸੌਟ ਕਿਲੇ 20 ਮਿਲੇ ਕਰ ਜੋੜ ਜਦੋਂ ਦੋ ਗੁਰਸਿੱਖ ਮਿਲੇ ਅੱਖਾਂ ਚਾਰ ਹੋਈਆਂ 64 ਖਿਲੇ ਦੋਨਾਂ ਦੇ 32 32 ਦੰਦ ਖੇੜ ਉੱਠੇ ਮੁਸਕਰਾਹਟ ਪੈਦਾ ਹੋ ਗਈ 20 ਮਿਲੇ ਕਰ ਜੋੜ ਦੋਨਾਂ ਦੇ ਹੱਥਾਂ ਦੀਆਂ 5 5 ਉਂਗਲਾਂ ਜੁੜੀਆਂ 10 ਉਂਗਲਾਂ 10 ਦੂਜੇ ਦੀਆਂ 20 ਉਂਗਲਾਂ ਜੁੜ ਗਈਆਂ ਹੱਥ ਜੁੜ ਗਏ ਇੱਕ ਦੂਜੇ ਨੂੰ ਦੇਖ ਕੇ ਮੇਰੇ ਗੁਰੂ ਕਾ ਸਿੱਖ ਆਇਆ ਐਡੀ ਨਿਮਰਤਾ ਹੋਵੇ ਔਰ ਜਦੋਂ ਫਤਿਹ ਬੁਲਾਈ ਜਾਏ ਸਾਢੇ 3 ਕਰੋੜ ਰੋਮ ਇੱਕ ਸਿੱਖ ਦਾ ਸਾਢੇ 3 ਕਰੋੜ ਦੂਜੇ ਦਾ ਖਿੜ ਜਾਂਦਾ ਹੈ 4 ਮਿਲੇ 64 ਖਿਲੇ 20 ਮਿਲੇ ਕਰ ਜੋੜ ਗੁਰਮੁਖ ਸਿੰਘ ਗੁਰਮੁਖ ਮਿਲੇ ਖਿਲੇ ਹੈ 7 ਕਰੋੜ ਐ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰੂ ਦੇ ਹੁਕਮਾਂ ਨੂੰ ਮੰਨਣ ਵਾਲਾ ਵੱਖੋ ਵੱਖਰੀ ਮਜਮਾ ਪੰਥਾਂ ਦੇ ਰਸਤੇ ਤੇ ਨਹੀਂ ਚੱਲਦਾ ਉਹ ਫਿਰ ਵੱਖੋ ਵੱਖਰੀਆਂ ਪੇਖਾਂ 'ਚ ਨਹੀਂ ਉਲਝਦਾ ਉਹਦਾ ਇੱਕੋ ਧਰਮ ਹੈ ਮੰਨਣਾ ਧਰਮ ਸੇਤੀ ਸੰਬੰਧ ਜਿਹੜਾ ਗੁਰੂ ਦੇ ਹੁਕਮਾਂ ਨੂੰ ਮੰਨਦਾ ਹੈ ਰੱਬ ਦੀ ਗੁਣਾਂ ਨੂੰ ਤਾਰਨ ਕਰਨ ਵਾਲਾ ਉਹਦਾ ਧਰਮ ਦੇ ਨਾਲ ਸੰਬੰਧ ਹੈ ਫਿਰ ਮਜਬਾ ਮਤਾਂ ਨਾਲ ਨਹੀਂ ਤੇ ਗੁਰੂ ਜੀ ਨੇ ਕਿਹਾ ਧਰਮ ਤੇ ਇੱਕੋ ਹੀ ਹੈ ਜੇ ਰੱਬ ਇੱਕ ਹੈ ਤੇ ਉਹਦੇ ਧਰਮ ਹਜ਼ਾਰ ਕਿਵੇਂ ਹੋ ਸਕਦੇ ਨੇ ਹਜ਼ਾਰ ਮਤ ਹੋ ਸਕਦੇ ਨੇ ਹਜ਼ਾਰ ਵਿਚਾਰਤਾਰਾ ਹੋ ਸਕਦੀਆਂ ਨੇ ਧਰਮ ਤੇ ਇੱਕੋ ਹੈ ਉਹ ਕਿਹੜਾ ਹੈ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆ ਕਰਨ ਦਾ ਨਾਮ ਹੈ ਧਰਮ ਕੁਝ ਜ਼ਿੰਦਗੀ ਚ ਸੱਚ ਨੂੰ ਡਿੜ ਕਰ ਲਵੇ ਉਹ ਕਿਸੇ ਵੀ ਮਤ ਮਜ਼ਬਬ ਦਾ ਹੋਵੇ ਕਿਸੇ ਵੀ ਸੋਸਾਇਟੀ ਸੰਸਾ ਦਾ ਹੋਵੇ ਬਸ ਉਹਦੀ ਜ਼ਿੰਦਗੀ ਚ ਸੱਚ ਹੋਣਾ ਚਾਹੀਦਾ ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ ਪੂਰੇ ਕਰੇ ਫਿਰ ਧਰਮ ਹੀ ਹੈ ਇੱਕੋ ਧਰਮ ਜਿਹੜੇ ਸੱਚ ਕੋਈ ਕੋਈ ਸੱਚ ਨੂੰ ਡਿੜ ਕਰ ਲਵੇ ਇਹੀ ਇੱਕ ਧਰਮ ਹੈ ਇੱਕੋ ਧਰਮ ਜਿਹੜੇ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਕੋਈ ਜ਼ਿੰਦਗੀ 'ਚ ਸੱਚ ਨੂੰ ਦਿੜ ਕਰ ਲਵੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਪਰਿਵਾਰ ਨਾਲ ਗੱਲ ਕਰੇ ਉਹ ਧਰਮੀ ਹੈ ਸੱਚ ਨੂੰ ਆਧਾਰ ਬਣਾ ਕੇ ਗਵਾਂਡੀਆਂ ਨਾਲ ਵਿਹਾਰ ਕਰੇ ਉਹ ਧਰਮੀ ਹੈ ਸੱਚ ਨੂੰ ਆਧਾਰ ਬਣਾ ਕੇ ਦੂਜੇ ਸਿੱਖ ਦੇ ਨਾਲ ਦੂਜੇ ਮਤ ਦੇ ਆਦਮੀ ਦੇ ਨਾਲ ਕਾਲੇ ਨਾਲ ਗੋਰੇ ਨਾਲ ਬੱਚੇ ਨਾਲ ਬਜ਼ੁਰਗ ਨਾਲ ਵਿਹਾਰ ਕਰੇ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ ਪੂਰੇ ਕਰੇ ਅਗ ਭਰਤੀ ਹਵਾ ਪ੍ਰਤੀ ਮਿੱਟੀ ਪ੍ਰਤੀ ਪਾਣੀ ਪ੍ਰਤੀ ਇਸ ਕੁਦਰਤ ਦੇ ਪ੍ਰਤੀ ਪਸ਼ੂ ਪੰਛੀਆਂ ਪ੍ਰਤੀ ਬਨਸਪਤੀ ਦੇ ਪ੍ਰਤੀ ਆਪਣੇ ਫਰਜ਼ ਪੂਰੇ ਕਰੇ ਸੱਚ ਨੂੰ ਆਧਾਰ ਬਣਾ ਕੇ ਜਿਹੜਾ ਸੱਚ ਨੂੰ ਬੇਸ ਬਣਾ ਕੇ ਆਪਣੇ ਮਨੁੱਖੀ ਫਰਜ਼ਾਂ ਨੂੰ ਪੂਰਿਆ ਕਰਦਾ ਹੈ ਸੱਚ ਨੂੰ ਡਿੜ ਕਰ ਲੈਂਦਾ ਹੈ ਧਰਮੀ ਤੇ ਉਹ ਹੈ ਏਕੋ ਤਰਮ ਡਿੜੇ ਸੱਚ ਕੋਈ ਕੋਈ ਸੱਚ ਨੂੰ ਡਿੜ ਕਰ ਲਵੇ ਜ਼ਿੰਦਗੀ ਚ ਆਹੀ ਇੱਕ ਤਰਮ ਹੈ ਇਸ ਕਰਕੇ ਰੱਬੀ ਹੁਕਮ ਨੂੰ ਮੰਨਣ ਵਾਲਾ ਮਜਬਾ ਦੇ ਝਗੜਿਆਂ ਚ ਨਹੀਂ ਫਸਦਾ ਉਹਦਾ ਸਬੰਧ ਧਰਮ ਦੇ ਨਾਲ ਹੈ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਿੱਤੀ ਸੰਬੰਧ ਉਹਦਾ ਵਸਤਾ ਧਰਮ ਦੇ ਨਾਲ ਹੈ ਜੋ ਰਾਜਨੀਤਿਕ ਵੀ ਹੋਏਗਾ ਪਰਜਾ ਦੇ ਲਈ ਸੱਚ ਦੇ ਪ੍ਰਤੀ ਫਰਜ਼ ਪੂਰੇ ਕਰੇਗਾ ਧਾਰਮਿਕ ਹੋਏਗਾ ਤਾਂ ਵੀ ਸੱਚ ਦੇ ਫਰਜ਼ ਪੂਰੇ ਕਰੇਗਾ ਆਰਥਿਕ ਤੌਰ ਤੇ ਬਿਜ਼ਨਸ ਵਪਾਰ ਕਰੇਗਾ ਤਾਂ ਵੀ ਸੱਚ ਨੂੰ ਆਧਾਰ ਬਣਾ ਕੇ ਸਮਾਜ ਦੇ ਭਲੇ ਦੇ ਕਾਰਜ ਕਰੇਗਾ ਪਰਿਵਾਰਕ ਤੌਰ ਤੇ ਆਪਣੇ ਪਰਿਵਾਰ ਨਾਨਕੇ ਦਾਤਕੇ ਸਭ ਨਾਲ ਮੇਲ ਮਿਲਾਪ ਸੱਚ ਦੇ ਆਧਾਰ ਤੇ ਸਾਰਿਆਂ ਪ੍ਰਤੀ ਫਰਜ਼ ਪੂਰੇ ਕਰੇਗਾ ਉਹਦਾ ਸਬੰਧ ਧਰਮ ਨਾਲ ਹੈ ਏਕੋ ਧਰਮ ਦਿੜੇ ਸੱਚ ਕੋਈ ਕੋਈ ਸੱਚ ਨੂੰ ਦਿੜ੍ਹ ਕਰ ਲਵੇ ਜ਼ਿੰਦਗੀ ਚ ਆਇ ਇੱਕ ਧਰਮ ਹੈ ਸੱਚ ਦੇ ਬੇਸ ਤੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰੇ ਤੇ ਰੱਬੀ ਹੁਕਮ ਨੂੰ ਮੰਨਣ ਵਾਲਾ ਉਹਦਾ ਸਬੰਧ ਧਰਮ ਨਾਲ ਹੋ ਜਾਂਦਾ ਹੈ ਮੰਨੇ ਧਰਮ ਸੇ ਤੀ ਸੰਬੰਧ ਉਹਦਾ ਸਬੰਧ ਹੁਣ ਧਰਮ ਨਾਲ ਹੈ ਐਸਾ ਨਾਮ ਨਿਰੰਝਨ ਹੋਏ ਪ੍ਰਭੂ ਦਾ ਨਾਮ ਹੀ ਐਸਾ ਨਿਰੰਝਨ ਹੈ ਮਾਇਆ ਦੀ ਕਾਲਖ ਤੋਂ ਰਹਿਤ ਉਹ ਧਰਮੀ ਮਨੁੱਖ ਵੀ ਉਸ ਨਾਮ ਨਾਲ ਜੁੜ ਕੇ ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਝੂਠ ਨਿੰਦਿਆ ਚੁਗਲੀ ਤੋਂ ਉੱਚਾ ਉੱਠ ਕੇ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜਿਉਂਦਾ ਹੈ ਜੇ ਕੋ ਮੰਨ ਜਾਣਾਏ ਮਨ ਕੋਏ ਜੇ ਕੋਈ ਸਮਝ ਲਵੇ ਜੇ ਕੋ ਮੰਨ ਜਾਣਾਏ ਮਨ ਕੋਏ ਜੇ ਕੋਈ ਆਪਣੇ ਮਨ ਵਿੱਚ ਮੰਨ ਲਵੇ ਇਹਨਾਂ ਗੁਰੂ ਹੁਕਮਾਂ ਨੂੰ ਮੰਨ ਲਵੇ ਰੱਬੀ ਗੁਣਾਂ ਨੂੰ ਉਦੋਂ ਉਹਦੀ ਜ਼ਿੰਦਗੀ ਕਮਲ ਦੇ ਫੁੱਲ ਦੀ ਤਰ੍ਹਾਂ ਚਿੱਕੜ ਤੋਂ ਨਿਰਲੇਪ ਹੋ ਜਾਂਦੀ ਹੈ ਵਿਕਾਰਾਂ ਤੋਂ ਉੱਚਾ ਉੱਠ ਕੇ ਉਹ ਪਵਿੱਤਰਤਾ ਸੁਗੰਧੀ ਕੋਮਲਤਾ ਵਾਲੀ ਜ਼ਿੰਦਗੀ ਨੂੰ ਜਿਉਂਦਾ ਹੈ ਅਗੋਂ ਸਤਿਗੁਰੂ ਪਾਤਸ਼ਾਹ ਹੋਰ ਵੀ ਬਚਨ ਕਰਨਗੇ ਮੰਨਣ ਵਾਲੀ ਦੀ ਜ਼ਿੰਦਗੀ 'ਚ ਕੀ ਕੀ ਤਬਦੀਲੀਆਂ ਆਉਂਦੀਆਂ ਨੇ ਇਹਦੀ ਵਿਚਾਰ ਅਗਲੀ ਪੌੜੀ 'ਚ ਇਨੀਆਂ ਬੇਨਤੀਆਂ ਪ੍ਰਵਾਨ ਬੁਲਾਖਿਵਾ ਫਤੇਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ